ਹਾਂ ਕੋ ਸੱਚੀਗਾ ਸਰ ਸੱਚੀਗਾ ਸਬ ਇੰਸਪੈਕਟਰ ਸਾਹਿਬ ਥੈਂਕ ਯੂ ਸੋ ਮਚ ਸਰ ਉਮੀਦ ਨਹੀਂ ਹੈਗੀ ਸੀ ਕਿ ਹੋ ਜੂਗਾ ਪਰ ਆ ਹੀ ਗਿਆ ਮੇਰਾ ਤੇਰੀ ਨਾ ਹੋਵੇਗਾ ਸਿਲੈਕਸ਼ਨ ਕਮਾਲ ਹਾਂ ਲਾਸਟ ਚ ਆਇਆ ਜਿੱਦਾਂ ਹੁੰਦੇ ਨਾ categories ਦੇ ਵਿੱਚ ਕੀ ਆਖੇ 18 ਸੀਟਾਂ ਆ ਹਾਂ ਹਾਂ ਉਹ ਮੇਰੀ 18ਵੀਂ ਸੀਟ ਹੀ ਆਈ ਹੈ ਓਕੇ ਬਹੁਤ ਕੇ ਸੁਨਤ ਵਾਲਾ ਤੂੰ ਹਾਂ ਮਿੰਨੋਵਜਨ ਲੱਗਾ ਸੀ ਕਿ ਔਖਾ ਆ ਜਾਣਾ ਥੋੜਾ ਹੈ ਬਿਮਾਰ ਜਦੋਂ ਹੀ ਹਾਂ ਵਾਲੀਛਾ ਹੀ ਕਿਸਮਤ ਕੀ ਹਾਂ ਹੂੰ ਆਇਆ ਬਿਲਕੁਲ ਬਿਲਕੁਲ ਹਾਂਜੀ ਥੈਂਕ ਯੂ ਸੋ ਮਚ ਸਰ ਕੋਈ ਨਾ ਵਾਹ ਸਾਰਿਆਂ ਦਾ ਵਾਹ ਚਲੋ ਫਿਰ ਜਿਹੜਾ ਉਥੇ ਹੌਸਲਾ ਹੋ ਗਿਆ ਬਾਕੀ ਸਾਰੇ ਨੂੰ ਮਿਲਿਆ ਹੂੰ ਬਹੁਤ ਵਧੀਆ ਐਕਸਪੀਰੀਅੰਸ ਸੀ ਅੰਨੇ ਤੁਹਾਡੇ ਕੋ ਵੀ ਛੇਤੀ ਹੋਣਾ ਜ਼ਰੂਰ ਜ਼ਰੂਰ ਹਾਂਜੀ ਹਾਂਜੀ ਇੱਕ ਜਸ ਹੈ ਇੱਕ ਆਪਣਾ ਕੁਲਦੀਪ ਹੈ ਕੁਲਦੀਪ ਆ ਤੇ ਆ ਹੀ ਹੈ ਗਿਆ ਬਾਕੀ ਹੋਰ ਬਾਅਦ ਚ ਜਿਹੜੇ ਆ ਉਹਨਾਂ ਦਾ ਆਈਡੀਆ ਨਹੀਂ ਮੈਨੂੰ ਕੋਈ ओके okay, ओके okay. एक ਆਪਣੇ ਰੌਣਕ ਮੈਡਮ ਪਤਾ ਦਿਨ ਹਾਂਜੀ ਹਾਂਜੀ ਉਹਨਾਂ ਦਾ ਪਤਾ ਹੂੰ ਉਹਨਾਂ ਦਾ ਵੀ ਹੋ ਗਿਆ ਕੁੜੀਆਂ ਤਾਂ ਹੀ ਘੱਟ ਗਈ ਐ ਕੱਟਆਫ ਕਾਫੀ ਹਾਂ ਬਾਕੀ ਦੇਖਦੇ ਆਂ ਹੋਰ ਹਾਂਜੀ ਹਜੇ ਮੈਂ ਬਸ ਫੋਨ ਹੀ ਆਈ ਜਾਂਦੇ ਪਹਿਲੇ ਲਿਸਟ ਦੇਖਦਾ ਹੁਣ ਕਿਹਦਾ ਕਿੰਨੇ ਕ ਕੱਟਆਫ ਗਈ ਕਿੰਨੀ ਹੂੰ ਚਲ ਦੇਖੇ ਦੱਸ ਫੌਰ ਆਪਣਾ ਕਿਹੜਾ ਸਿਲੈਕਸ਼ਨ ਹੋ ਰਹੀ ਆ ਹਾਂਜੀ ਹਾਂਜੀ ਜੀ ਹੋਰ ਮੁੰਡੇ ਕੁਛ ਹਾਂਜੀ ਬਾਕੀਆਂ ਦੇ ਵੀ ਕਹਿੰਦੇ ਹੈਡ ਕਨਸਟੇਬਲ ਵੀ ਹੁਣ ਛੇਤੀ ਆ ਜੂਗੇ ਹਾਂ ਬਸ ਅਜੇ ਤੋਂ ਸ਼ੁਰੂਆਤ ਐ ਹਾਂ ਸ਼ੁਰੂਆਤ ਉਹਨਾਂ ਦੇ ਨਾਲ-ਨਾਲ ਕੱਢੀ ਜਾਣੇ ਹੁਣ ਸਾਰਿਆਂ ਦੇ ਵੱਡਾ ਚੱਲੇਦਾ ਸੀਗਾ ਹਾਂ ਜੀ ਜੀ ਥੈਂਕ ਯੂ ਸੋ ਮਚ ਸਰ ਹਮ ਚਲੋ ਬਹੁਤ ਆਇਆ ਹੈ ਨਵਕਰ ਇੱਕ ਹੋਰ ਥੈਂਕ ਯੂ ਥੈਂਕ ਯੂ ਜੀ ਸਰ ਦੋਸਤੋ ਇਸ ਬੱਚੇ ਦਾ ਨਾਮ ਨਵਕਰ ਹੈ ਤੇ ਅਮਰ ਸਦਾ ਬੱਚਾ ਹੀ ਰਹਿਣ ਵਾਲਾ ਇਸ ਬੱਚੇ ਦੀ ਇਨਸਪਾਇਰਿੰਗ ਸਟੋਰੀ ਤੁਮੇ ਤੁਹਾਨੂੰ ਵੀ ਅੱਗੇ ਜਾ ਕੇ ਇਸ ਤਰ੍ਹਾਂ ਦੀ ਕੋਈ ਪ੍ਰੋਬਲਮ ਨਾ ਆਵੇ ਜੋ ਬੱਚੇ ਨੇ ਇਹਨੇ ਕੀਤਾ ਤੇ ਦੋਸਤੋ ਇਹ ਜੋ ਬੱਚਾ ਤੁਸੀਂ ਦੇਖ ਰਹੇ ਹੋ ਇਸ ਦਾ ਨਾਮ ਨਵਕਰ ਹੈ ਤੇ ਅਮਰ ਸਦਾ ਰਹਿਣ ਵਾਲਾ ਹੈ ਤੇ ਅਲਤੋ ਪੰਜ-ਛੇ ਮਹੀਨੇ ਪਹਿਲਾਂ ਜਦੋਂ ਸਬ ਇੰਸਪੈਕਟਰ ਦੀ ਫਿਜ਼ੀਕਲ ਟ੍ਰਾਇਲ ਦੇ ਲਈ ਬੱਚਾ ਆਪਣੇ ਕੋਲ ਆਇਆ ਸੀਗਾ ਤਾਂ ਉਸ ਟਾਈਮ ਤੇ ਤੁਹਾਨੂੰ ਦੱਸਦਾ ਜੋ ਬੱਚੇ ਮੋਸਟਲੀ ਗਲਤੀ ਕਰਦੇ ਨੇ ਠੀਕ ਹੈ ਤੇ ਕੀ ਆ ਉਹ ਗਲਤੀ ਤੁਹਾਨੂੰ ਉਸੇ ਬਾਰੇ ਦੱਸਦਾ ਜ਼ੀਰੋ ਟਾਈਮ ਤੇ ਆ ਕੇ ਜਦੋਂ ਪ੍ਰੈਕਟਿਸ ਸਟਾਰਟ ਕਰਦੇ ਨੇ ਮੋਸਟਲੀ ਬੱਚੇ ਤਾਂ ਉਦੋਂ ਕੀ ਆ ਤੁਹਾਡਾ ਜੇ ਤੁਹਾਨੂੰ ਕੋਈ ਫਿਜ਼ੀਕਲੀ ਕੋਈ ਪ੍ਰੋਬਲਮ ਹੋ ਜਵੇ ਠੀਕ ਹੈ ਚਾਹੇ ਕੋਈ ਮੋਚ ਆ ਜਾਵੇ ਤੁਹਾਡੇ ਤੁਹਾਡੇ ਪੈਰ ਦੇ ਮੋਚ ਆ ਗਈ ਤੁਹਾਨੂੰ ਕੋਈ ਬਿਮਾਰੀ ਹੋ ਗਈ ਜਾਂ ਕੁਝ ਕੋਈ ਫੀਵਰ ਹੋ ਗਿਆ ਕੁਝ ਵੀ ਆ ਤਾਂ ਤੁਸੀਂ ਉਹ ਦੇਖੋ ਇੱਕ ਤਾਂ ਤੁਹਾਡੇ ਕੋਲ ਲਿਮਟਿਡ ਟਾਈਮ ਹੈ ਠੀਕ ਹੈ ਮੰਨ ਲਓ 1 ਮਹੀਨੇ ਦੇ ਵਿੱਚ ਥੋੜਾ ਫਿਜ਼ੀਕਲ ਟ੍ਰਾਇਲ ਹੈ ਜਾਂ 15 ਦਿਨ ਦਾ ਫਿਜ਼ੀਕਲ ਟ੍ਰਾਇਲ ਹੈ ਤਾਂ ਉਹ ਕਿਥੇ ਦਾ ਤੁਸੀਂ ਦਿਨੋਂ ਸਾਰੇ ਹਨਾ ਆਪਣੇ ਗਰਾਊਂਡ ਵਰਕ ਦੇ ਲਗਾਣੇ ਨੇ ਸਵੇਰ ਸ਼ਾਮ ਟ੍ਰੇਨਿੰਗ ਕਰਨੀ ਹੈ ਹਨਾ ਸਾਰਾ ਬਟ ਉਸੇ ਦੇ ਵਿੱਚ ਮੰਨ ਲਓ ਤੁਹਾਨੂੰ ਕਿਸੇ ਤਰ੍ਹਾਂ ਕੋਈ ਪ੍ਰੋਬਲਮ ਆ ਜਾਂਦੀ ਹੈ ਤਾਂ ਫਿਰ ਉਹਦੇ ਵਿੱਚੋਂ ਵੀ ਦਿਨ ਆ ਜਿਹੜੇ ਅਧੇ ਰਹਿ ਜਾਂਦੇ ਨੇ ਠੀਕ ਹੈ ਸਾਨੂੰ ਇਸ ਤਰ੍ਹਾਂ ਇਹ ਨੌਜਵਾਨ ਸੀਗਾ ਤਾਂ ਇਸ ਬੱਚੇ ਨੇ ਪਹਿਲੇ ਪ੍ਰੈਕਟਿਸ ਸ਼ੁਰੂ ਕਰ ਦਿੱਤੀ ਸੀਗੀ ਜੋ ਗੁੱਡ ਪੁਆਇੰਟ ਸੀਗਾ ਤਾਂ ਉਸ ਤੋਂ ਬਾਅਦ ਸਾਨੂੰ ਕੋਈ ਪ੍ਰੋਬਲਮ ਕੀ ਆਈ ਕਿ ਇਹ ਬੱਚਾ ਥੋੜਾ ਬਿਮਾਰ ਹੋ ਗਿਆ ਲਾਸਟ ਵਾਲੇ ਦਿਨਾਂ ਦੇ ਵਿੱਚ ਬਟ ਖੁਸ਼ੀ ਦੀ ਗੱਲ ਇਹ ਸੀ ਕਿ ਹਾਂ ਮੋਸਟਲੀ ਸਾਰੇ ਟ੍ਰਾਇਲ ਅਸੀਂ ਪਹਿਲਾਂ ਹੀ ਜਿਹੜੇ ਕਲੀਅਰ ਕਰ ਲਏ ਸੀਗੇ ਤੇ ਉਦੋਂ ਤੁਸੀਂ ਬਹੁਤ ਬਹੁਤ ਸੋਡੀ ਸੇਫ ਸਾਈਡ ਹੋ ਜਾਂਦੀ ਹੈ ਜਦੋਂ ਤੁਹਾਡੇ ਟ੍ਰਾਇਲ ਕਲੀਅਰ ਹੋਣ ਫਿਰ ਚਾਹੇ ਡੇਟ ਚਾਹੇ ਮਹੀਨੇ ਬਾਅਦ ਫਿਜ਼ੀਕਲ ਟ੍ਰਾਇਲ ਹੋਵੇ ਚਾਹੇ ਤੁਹਾਡਾ ਅਗਲੇ ਦਿਨੇ ਹੋ ਜਵੇ ਤਾਂ ਆਪਾਂ ਕੋਈ ਟੈਂਸ਼ਨ ਨਹੀਂ ਹੈ ਤਾਂ ਇਦਾਂ ਹੀ ਹੋਇਆ ਸੀਗਾ ਤੇ ਆਪਾਂ ਉਸ ਟਾਈਮ ਤੇ ਇਸ ਬੱਚੇ ਨੂੰ ਥੋੜਾ ਰਿਲੈਕਸ ਕਰਕੇ ਛੱਡਿਆ ਕਿ ਹਾਂ ਚਲੋ ਕੋਈ ਨਹੀਂ ਜਦੋਂ ਕਿਉਂਕਿ ਬੱਚਾ ਰੈਡੀ ਸੀਗਾ ਹਨਾ ਜਦੋਂ ਹੀ ਕੋਈ ਫਿਰ ਨੂੰ ਬਹੁਤ ਜ਼ਿਆਦਾ ਫੀਵਰ ਸੀਗਾ ਜਾਂ ਸਭ ਸੀਗਾ ਜਦੋਂ ਉਹ ਠੀਕ ਹੋ ਗਿਆ ਤਾਂ ਬੱਚਾ ਰੈਡੀ ਸੀਗਾ ਜੇ ਉਹੀ ਚ ਇਹ ਚੀਜ਼ ਬੱਚਾ ਹਫਤਾ 10 ਦਿਨ ਪਹਿਲਾਂ ਤਿਆਰੀ ਸ਼ੁਰੂ ਕਰਦਾ ਹਨਾ ਜਾਂ 15 ਦਿਨ ਪਹਿਲਾਂ ਕਿ ਕਹਿੰਦਾ ਕਿ ਮੈਂ ਸਾਰਾ ਫਿਜ਼ੀਕਲ ਟ੍ਰਾਇਲ ਹੈ ਜਿਹੜਾ ਕਲੀਅਰ ਕਰ ਦੂੰਗਾ ਤਾਂ ਉਸੇ ਟਾਈਮ ਤੇ ਜੇ ਨੂੰ ਕੋਈ ਪ੍ਰੋਬਲਮ ਆ ਜਾਂਦੀ ਠੀਕ ਹੈ ਇੱਕ ਤਾਂ ਤਿਆਰ ਨਹੀਂ ਸੀਗਾ ਦੂਸਰਾ ਜਿਹੜਾ ਕੋਈ ਬਿਮਾਰੀ ਪਕੜ ਲੈਂਦੀ ਤਾਂ ਫਿਰ ਦੇਣਾ ਜਿਹੜੇ ਉਹਦੇ ਵਿੱਚ ਨਿਕਲ ਜਾਣੇ ਸੀਗੇ ਤਾਂ ਕਿਸਮਤ ਦਾ ਕੁਝ ਨਹੀਂ ਪਤਾ ਹੁੰਦਾ ਹੈਗਾ ਥੋੜੀ ਤੁਹਾਨੂੰ ਬੋਡੀ ਦਾ ਪਤਾ ਨਹੀਂ ਹੈਗਾ ਕਦੋਂ ਕੀ ਹੋਣਾ ਕਦੋਂ ਨਹੀਂ ਠੀਕ ਹੈ ਜਦੋਂ ਤੁਸੀਂ ਗਰਾਊਂਡ ਵਰਕ ਸਟਾਰਟ ਕਰੋਗੇ ਨਾ ਤੁਹਾਨੂੰ ਐਕਚੁਅਲੀ ਦੇ ਵਿੱਚ ਪਤਾ ਲੱਗੂਗਾ ਐਕਚੁਅਲੀ ਦੋਸਤ ਕੀ ਪ੍ਰੋਬਲਮਸ ਹੁੰਦੀਆਂ ਕੀ ਨੇ ਦੁੱਖ ਕਿਹਨੂੰ ਕਹਿੰਦੇ ਨੇ ਦਰਦ ਕਿਹਨੂੰ ਕਹਿੰਦੇ ਨੇ ਬਾਡੀ ਦੁਖਣਾ ਕਿਹਨੂੰ ਕਹਿੰਦੇ ਨੇ ਠੀਕ ਹੈ ਜਦੋਂ ਜੰਪ ਇੱਕ 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 ਅੱਧਾ ਤਾਂ ਇੰਚ ਨਹੀਂ ਵੱਧਦਾ ਹੈਗਾ ਉਹਨੂੰ ਉਹ ਕਦੋਂ ਦੁੱਖ ਹੁੰਦਾ ਤਾਂ ਹਲੇ ਤੁਸੀਂ ਸਿਰਫ ਪੇਪਰ ਤੇ ਧਿਆਨ ਦੇ ਰਹੋ ਵੈਲਨ ਗੋਡਾ ਗੋਈ ਗੱਲੀ ਬਟ ਕਿਤੇ ਨਾ ਕਿਤੇ ਫਿਜ਼ੀਕਲ ਨੂੰ ਨਾ ਮਿਸ ਕਰੋ ਦੋਸਤੋ ਜੇ ਥੋੜਾ ਸੁਪਨਾ ਹੈ ਪੰਜਾਬ ਵਿੱਚ ਫਰਤੀ ਹੋਣ ਦਾ ਹਨਾ ਤਾਂ ਸੁਪਨੇ ਨੂੰ ਦੇਖਣ ਦੇ ਲਈ ਸੁਪਨਾ ਦੇਖਿਆ ਵੈਲਨ ਗੋਡਾ ਬਟ ਸਿਰਫ ਜੋਸ਼ ਜਨੂਨ ਨਾਲ ਕੁਝ ਨਹੀਂ ਹੋਣਾ ਹੈਗਾ ਆਪਣੇ ਦਿਮਾਗ ਤੋਂ ਵੀ ਕੰਮ ਲਵੋ ਠੀਕ ਹੈ ਦੋਨੋਂ ਸਾਈਡਾਂ ਨੂੰ ਸੇਫ ਰੱਖ ਕੇ ਚੱਲੋ ਇਹ ਨਹੀਂ ਕਿ ਹਾਂ ਪੇਪਰੇ ਪਾਸ ਕਰ ਲਿਆ ਐਂਡ THEN ਕੁਛ ਨਹੀਂ ਫਿਜ਼ੀਕਲ ਮੋਸਟ ਇੰਪੋਰਟੈਂਟ ਹੈ ਫਿਜ਼ੀਕਲ ਦੇ ਪਾਸ ਹੋ ਤਾਂ ਹੀ ਤੁਹਾਡੇ ਅੱਗੇ ਜਾ ਕੇ ਮੈਰਿਟ ਲਿਸਟ ਦੇ ਵਿੱਚ ਫਾਈਨਲ ਦੇ ਵਿੱਚ ਨਾਮ ਆ ਸਕਦਾ ਠੀਕ ਹੈ ਦੋਸਤੋ ਤਾਂ ਇਸ ਬੱਚੇ ਦੀ ਇਨਸਪਾਇਰਿੰਗ ਸਟੋਰੀ ਆ ਤੇ ਤੁਸੀਂ ਇਸ ਤੋਂ ਮੈਂ ਤਾਂ ਕਹਿੰਨਾ ਵੀ ਇਸ ਲਈ ਸ਼ੇਅਰ ਉਹਨਾਂ ਸ਼ੇਅਰ ਕਰ ਰਹੇ ਹਾਂ ਕਿ ਤੁਸੀਂ ਸਿੱਖੋ ਇਸ ਤੋਂ ਜੋ ਕਿ ਜਿਹੜੇ ਬੱਚਿਆਂ ਨੂੰ ਹੁਣ ਐਕਸਪੀਰੀਅੰਸ ਆ ਚੁੱਕਿਆ ਨਾ ਜਿਹੜੇ ਬੱਚਿਆਂ ਦਾ ਹੁਣ ਸਬ ਇੰਸਪੈਕਟਰ ਦੇ ਵਿੱਚ ਨਾਮ ਨਹੀਂ ਆਏਗਾ ਤੇ ਮੋਸਟਲੀ ਜਿਹੜੇ ਬੱਚੇ ਫੇਲ ਹੋਏ ਨੇ ਸਬ ਇੰਸਪੈਕਟਰ ਦੇ ਐਕਚੁਅਲੀ ਕੀ ਹੁੰਦੀ ਹੈ ਫਿਜ਼ੀਕਲ ਫਿਟਨੈਸ ਉਸੀ ਦਾ ਪਤਾ ਲੱਗ ਚੁੱਕਿਆ ਹੈ ਕਿ ਯਾਰ ਨਹੀਂ ਕਾਗਜ਼ੀ ਕੀ ਕਿਤਾਬੀ ਕੀੜਾ ਬਣਨ ਦੇ ਨਾਲੋਂ ਇੱਕ ਹੋਰ ਵੀ ਲਾਈਫ ਹੈ ਕਿ ਹਾਂ ਜੇ ਆਪਾਂ ਫਿਜ਼ੀਕਲ ਫਿਟ ਰਹਨੇ ਆ ਤਾਂ ਹੀ ਆਪਾਂ ਸਬ ਇੰਸਪੈਕਟਰ ਦੇ ਜਿਹੜੇ ਭਰਤੀ ਹੋ ਸਕਦੇ ਆ ਤਾਂ ਤੁਸੀਂ ਵੀ ਕਿਤਨਾ ਕਿਤੇ ਜੇ ਤਿਆਰੀ ਕਰ ਰਹੇ ਹੋ ਤੁਸੀਂ ਚਾਹੇ ਕਨਸਟੇਬਲ ਆ ਚਾਹੇ ਸਬ ਇੰਸਪੈਕਟਰ ਆ ਮੈਂ ਕਹਿੰਦਾ ਤੁਸੀਂ ਇਹ ਗਲਤੀ ਨਾ ਕਰਿਓ ਤੇ ਦੋਸਤੋ ਆਪਣੀ ਗੈਡਿੰਗ ਦੇ ਵਿੱਚ ਬੈਚ ਜਿਹੜੇ ਸਟਾਰਟ ਹੋ ਚੁੱਕੇ ਨੇ ਕੁੜੀਆਂ ਮੁੰਡਿਆਂ ਦੇ ਲਈ ਰੈਂਡ ਦੇ ਲਈ ਬਸਤਾ ਹੈ ਤੇ ਨੀਚੇ ਤੇ ਨੰਬਰ ਤੇ ਕਾਲ ਕਰ ਲਿਓ ਵੀਡੀਓ ਸ਼ੇਅਰ ਕਰ ਦਿਓ